ये जी स्वागत है वीर, वेलकम। ਕੀ ਹਾਲ ਹੈ ਅਮਰੇਸ਼? ਠੀਕ ਠਾਕ ਹੈ। ਠੀਕ ਠਾਕ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ 'ਤੇ ਹੋ? ਮੈਂ ਇਸਦੇ ਕਹਿਣਾ ਚਾਹੁੰਦਾ ਹਾਂ ਕਿ ਦੇਖੋ, ਸਾਡੀ ਕਮਿਊਨਿਟੀ ਦੇ ਵਿੱਚ ਪੱਤਰਕਾਰਤਾ ਔਰ ਜੋ ਵੀ ਕੁਛ ਕਰ ਰਹੇ ਹੈ, ਇਹ ਕੋਈ ਜ਼ਿਆਦਾ ਐਪਰੀਸ਼ੀਏਟ ਕਰਨ ਯੋਗੀ ਨਹੀਂ ਹੈ। ਔਰ ਸਾਡੀ ਕਮਿਊਨਿਟੀ 'ਚ ਗੋਲੀ ਵੱਜੇ ਬਹੁਤ ਦਿਨ ਹੋ ਗਏ ਨੇ ਰੇਡੀਓ ਟੀਵੀ ਵਾਲਿਆਂ ਦੇ। ਔਰ ਬਿਲਕੁਲ ਠੀਕ ਹੈ, ਇਹ ਬਾਸੀ ਸਾਹਿਬ ਜਿਹੜੇ ਨੇ 30-35 ਸਾਲ ਤੋਂ ਕਾਫੀ ਕੁਛ ਕਰ ਰਹੇ ਹੈ, ਨਾ ਉਹਦੀ ਲੈਂਗੁਏਜ ਹੈ, ਨਾ ਉਹਦਾ ਕੋਈ ਮੈਨਰਿਜ਼ਮ ਹੈ, ਨਾ ਕੋਈ ਬੈਕਗ੍ਰਾਉਂਡ ਹੈ, ਨਾ ਕੋਈ ਐਜੂਕੇਸ਼ਨ ਹੈ, ਲੇਕਿਨ ਸਾਡੀ ਕਮਿਊਨਿਟੀ ਉਹਨਾਂ ਨੂੰ ਕਰਦੀ ਰਹੀ, ਤੂੰ ਵੀ ਧਨਾਟ ਬਣਾਤਾ ਤੇ ਗੋਲੀ ਨੇ ਤੇਰੇ ਵੀ ਵੱਜੇਗੀ, ਕਿਉਂਕਿ ਤੂੰ ਵੀ ਬਹੁਤ ਗੰਦ ਪਾ ਦਿੱਤਾ ਤੇ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ। ਇਹ ਹਾਲੇ ਸਮਝ ਜਾਓ ਤੁਸੀਂ ਜੀ, ਮੇਰੇ ਗਾਣ ਕਹਿੰਦਾ ਤੂੰ ਬਹੁਤ ਗਲਤ ਬੋਲਦਾ ਹੈ, ਤੈਨੂੰ ਅਕਲ ਨੀ ਬੋਲਣ ਦੀ, ਕਿਸੇ ਨੂੰ ਤੂੰ ਕਹਿੰਦਾ, ਕਿਸੇ ਨੂੰ ਕੁਛ ਕਹਿੰਦਾ, ਤੂੰ ਜੱਟਾਂ ਵਾਂਗ ਬੋਲਦਾ ਨੀ, ਪਤਾ ਨੀ ਕੀ ਨਾਮ ਤੇਰਾ, ਕੀ ਕਨੈਕਸ਼ਨ ਹੈ ਇਹ ਕੀ ਨਾਮ ਗਲਤ ਜਾਤਾਂ ਨਾਲ, ਤੂੰ ਉਹਦਾ ਵਾਂਗ ਝੂਠ ਬਾਤਾ ਤੇਰੀ, ਤੂੰ ਬਿਲਕੁਲ ਤੂੰ ਤਾਂ ਨੀ ਕਹਿਣਾ ਅੱਜ ਤੋਂ ਬਾਅਦ ਕਿਸੇ ਨੂੰ। ਔਰ ਤੂੰ ਆਪਣੇ ਮੁੰਡੇ ਨੂੰ ਪੁੱਛਿਆ ਤੇਰੇ ਕੋਲ ਗਰਲਫ੍ਰੈਂਡ ਹੈ, ਤੂੰ ਏਦਾਂ ਹੈ, ਤੂੰ ਕੁੜੀਆਂ ਨੂੰ ਪੁੱਛਿਆ ਤੁਹਾਡਾ ਕਿੱਦਾਂ ਟਾਈਮ ਨਿਕਲਦਾ, ਤੇਰੇ ਕੁੜੀਆਂ ਵੀ ਹੈ, ਤੂੰ ਸਮਝਦਾ ਕਿ ਉਹ ਪਤਾ ਉਹ ਇਨਸਾਨ ਨਹੀਂ ਹੈ, ਇਹ ਗੱਲ ਦਾ ਕੋਈ ਮੀਨਿੰਗ ਬਣਦਾ ਸੀਗਾ? ਕੱਲ ਮੈਂ ਫੋਨ ਕੀਤਾ ਤੂੰ ਚੱਕਿਆ ਨੀ ਫੋਨ, ਤੇ ਅਸੀਂ ਤੈਨੂੰ ਕਰੈਕਟ ਕਰਨਾ ਚਾਹੁੰਦੇ ਹਾਂ। ਔਰ ਤੂੰ ਆਪਣੇ ਨੂੰ ਫੰਨਾ ਫੰਨੇ 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 ਦੇ ਦੱਸੀ ਜਾਂਦਾ, ਛਿੱਤਰ ਤਾਂ ਤੇਰੇ ਵੀ ਵੱਜਣਗੇ। ਹੈਲੋ ਜੀ, ਜੀ ਜੀ ਬੋਲੋ ਬੋਲੋ। ਹਾਂ, ਮੈਂ ਇਸੇ ਕਰਕੇ ਕਹਿੰਦਾ ਕਿ ਇਸ ਨੂੰ ਬੜਾ ਅੱਛਾ ਪ੍ਰੋਗਰਾਮ ਹੋ ਗਿਆ, ਲੋਕਾਂ ਨੇ ਬਹੁਤ ਜੱਟਾਂ ਨੇ ਚੱਕਿਆ ਤੈਨੂੰ, ਤੈਨੂੰ ਪ੍ਰੋਟੈਕਟ ਕਰਦੇ ਨੇ, ਤੇ ਤੂੰ ਹੁਣ ਆਪਣੇ ਮੂੰਹ ਤੇ ਥੁੱਕਣ ਵਾਲੀ ਗੱਲ ਬਿਲਕੁਲ ਨੀ ਕਰਨੀ ਆ। ਔਰ ਜੋਗਿੰਦਰ ਜਗਿੰਦਰ ਨੂੰ ਛੱਡ, ਪੁਲਿਸ ਕਰੇਗੀ, ਨਾ ਕਰੀ ਆਪਣੀ ਮਾਂ ਚ ਪੈ, ਆਪਾਂ ਵੀ ਡੋਂਟ ਕੇਅਰ, ਤੂੰ ਅੱਗੇ ਚੱਲ ਆਪਣੇ ਕੰਮ ਵਾਲੀ ਕੋਈ ਗੱਲ ਕਰ। ਤੁਸੀਂ ਬਕਵਾਸ ਕਰਨਾ ਸੀ, ਕੁੱਤੇ ਵਾਂਗੂ ਭੌਂਕਣਾ ਸੀ, ਭੌਂਕ ਲਿਆ, ਥੈਂਕ ਯੂ ਤੁਹਾਡਾ, ਤੁਹਾਡਾ ਕੰਮ ਹੀ ਇਹ ਆ ਤੁਸੀਂ ਆਣ ਕੇ ਬਕਵਾਸ ਕਰਨਾ ਹੋਵੇ। ਹਰ ਇੱਕ ਬੰਦੇ ਨੂੰ ਰਿਸਪੈਕਟ ਕਰੋ, ਹਰ ਇੱਕ ਬੰਦੇ ਕੋਲੋਂ ਰਿਸਪੈਕਟ ਲਓ, ਇਹ ਗੱਲਾਂ ਨੇ। ਅੱਜ ਤੱਕ ਕਿਸੇ ਵਿਅਕਤੀ ਨੂੰ ਵੀ ਤੂੰ ਕਹਿ ਕੇ ਕਿਹਾ ਹੋਵੇ ਰੇਡੀਓ 'ਤੇ ਤੁਸੀਂ ਰਿਕਾਰਡਿੰਗ ਘੱਲ ਦਿਓ, ਰੇਡੀਓ ਛੱਡ ਦਾਂਗੇ, ਕਦੀ ਕਿਸੇ ਨੂੰ ਤੂੰ ਨਹੀਂ, ਹਰ ਇੱਕ ਨੂੰ ਤੁਸੀਂ ਕਹਿ ਕੇ ਠੋਕ ਕੇ ਜਵਾਬ ਦੇਈਦਾ, ਲੰਡੀ ਬੁੱਚੀ ਅਸੀਂ ਖੰਗਣ ਨਹੀਂ ਦਿੰਦੇ। ਮੈਨੂੰ ਪਤਾ ਹੈਗਾ ਜੱਟ ਸਾਹਿਬ, ਤੁਸੀਂ ਆਣ ਕੇ ਇੱਦਾਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ, ਮੁੜ ਕੇ ਤੁਹਾਡੀ ਇੱਕ ਟੀਮ ਹੈ, ਤੁਹਾਨੂੰ ਪਤਾ ਹੋਵੇਗਾ, ਬੋਲਟਨ ਵਾਲੀ ਜਿਨ੍ਹਾਂ ਨੇ ਚੱਡਿਆਂ 'ਚ ਪੂਛ ਲਈ ਫਿਰ, ਹੈ ਨਾ, ਪਿਛਲੀ ਵਾਰ। ਸੋ ਇੱਦਾਂ ਹੀ ਅਸੀਂ ਕੋਈ ਗੁੰਡਾਗਰਦੀ ਬਦਮਾਸ਼ੀ ਵਾਲਾ ਪ੍ਰੋਗਰਾਮ ਨਹੀਂ, ਅਸੀਂ ਪੀਸਫੁੱਲ ਇੱਕ ਬੜੇ ਨਿਮਾਣੇ ਅਤੇ ਨਿਮਰਤਾ ਨਾਲ ਪ੍ਰੋਗਰਾਮ ਕਰਨ ਵਾਲੇ ਹਾਂ। ਤੁਸੀਂ ਜਿੰਨਾ ਕੁ ਜ਼ੋਰ ਲਾਉਣਾ ਸੀ ਲਾ ਲਿਆ, ਅਤੇ ਹੁਣ ਵੀ ਤੁਸੀਂ ਲਾ ਰਹੇ ਹੋ, ਤੁਸੀਂ ਮੇਰੀ ਜਵਾਨ ਬੰਦ ਨਹੀਂ ਕਰਾ ਸਕਦੇ, ਤੁਸੀਂ ਮੇਰੀ ਧੌਣ ਬਣਵਾ ਸਕਦੇ ਹੋ, ਇਸ ਤੋਂ ਛੁੱਟ ਕੁਛ ਨਹੀਂ ਕਰ ਸਕਦੇ। ਮੇਰਾ ਵੀਰ ਧੰਨਵਾਦ ਹੈ, ਆਪਣੀ ਲਿਮਿਟ ਦੇ ਵਿੱਚ ਰਿਹਾ ਕਰੋ। ਤਾਂ ਮੈਂ ਇਹਦੇ ਪਰਿਵਾਰ ਨੂੰ ਵੀ ਬੇਨਤੀ ਕਰਾਂਗਾ, ਬੋਲਟਨ ਹੋਵੇ ਕੋਈ ਕਿਤੇ ਹੋਵੇ, ਇਹਦੇ ਰੱਸੀ ਪਾਓ, ਨਹੀਂ ਤਾਂ ਨੁਕਸਾਨ ਵੀ ਹੋ ਸਕਦਾ। ਲੈਟ ਮੀ ਟੇਕ ਨੈਕਸਟ ਲਾਈਨ ਜੀ, ਉਸ ਤੋਂ ਪਹਿਲਾਂ ਨਾਈਟ ਕਿੰਗ।